ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਠੀਕ ਠਾਕ ਹੋ? ਮੈਂ ਜਤਿੰਦਰ ਸਿੰਘ ਖਹਿਰਾ ਅਤੇ ਤੁਸੀਂ ਦੇਖਦੇ ਪਏ ਯੋਧ ਤੋਂ ਪੰਜਾਬੀ ਚੈਨਲ। ਅਤੇ ਆਪਾਂ ਜੇ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਏ ਹਾਂ, ਜੋ ਕਿ ਤੁਹਾਨੂੰ ਦੱਸਾਂਗੇ ਆ ਵੀਰ ਨੇ ਆਪਾਂ ਨੂੰ ਇੱਕ ਮੈਸੇਜ ਕੀਤਾ ਸੀਗਾ, ਜੋ ਕਿ ਉਹਨਾਂ ਲਿਖਿਆ ਹੋਇਆ ਹੈ ਕਿ ਜਿੱਦਾਂ ਭਾਅ ਜੀ ਏਜੰਟ ਕਹਿੰਦਾ 6 ਜੁਲਾਈ ਨੂੰ ਪੇਪਰ ਨਿਕਲ ਗਏ, ਬਟ ਉਹ ਕਹਿੰਦਾ ਪਹਿਲਾਂ ਇਟਲੀ ਵਿੱਚ ਜਮ੍ਹਾਂ ਹੋਣੇ ਫਿਰ ਇੰਡੀਆ ਆਉਣੇ ਆ। ਜਿੱਦਾਂ ਇਟਸ ਟਰੂ, ਇੰਡੀਆ ਆਉਣ ਲਈ ਕਿੰਨਾ ਟਾਈਮ ਲੱਗ ਜਾਂਦਾ ਹੈ, ਠੀਕ ਹੈ? ਅਤੇ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦੇ ਹਾਂ। ਹਾਂਜੀ ਚਲੋ ਕਰਦੇ ਹਾਂ ਸ਼ੁਰੂ ਵੀਡੀਓ। ਅਤੇ ਉਹਨਾਂ ਨੇ ਜਿੱਦਾਂ ਆਪਾਂ ਨੂੰ ਇਹ ਗੱਲ ਪੁੱਛੀ ਕਿ ਕਿੰਨਾ ਟਾਈਮ ਲੱਗ ਜਾਂਦਾ ਹੈ, ਠੀਕ ਹੈ ਜੀ। ਪਹਿਲੀ ਗੱਲ ਤਾਂ ਇਹਦਾ ਜਵਾਬ ਆਪਾਂ ਤੁਹਾਨੂੰ ਇਹੋ ਹੀ ਦੇਵਾਂਗੇ, ਜਿੱਦਾਂ ਕਿ ਜਦੋਂ ਆਪਣਾ ਨੂਲਾ ਹਫ਼ਤਾ ਨਿਕਲ ਆਉਂਦਾ ਹੈ ਨਾ, ਉਸ ਤੋਂ ਬਾਅਦ ਦੇ ਵਿੱਚ ਟਾਈਮ ਤਾਂ ਨਹੀਂਗਾ ਕੁਛ ਵੀ ਲੱਗਦਾ ਉਹਦੇ ਵਿੱਚ, ਸਿਰਫ ਆਪਾਂ ਇੱਕ ਜਦੋਂ ਆਪਾਂ ਨੂੰ ਨੂਲਾ ਹਫ਼ਤਾ ਮਿਲ ਜਾਂਦਾ ਪ੍ਰਫਾਤੂਰੇ ਤੋਂ, ਅਤੇ ਆਪਾਂ ਡਿਗਰੇ ਸਿਉਣੀ ਬਣਾਉਣੀ ਹੁੰਦੀ ਆ, ਠੀਕ ਹੈ ਜੀ। ਡਿਗਰੇ ਸਿਉਣੀ ਯਾਨੀ ਕਮੂਨੇ ਤੋਂ ਬਣਦੀ ਆ, ਮਾਲਕ ਨੇ ਜਿਹੜੇ ਨੇ ਪੇਪਰ ਕਢਵਾਏ ਹੁੰਦੇ ਆ, ਉਹਨਾਂ ਨੇ ਜਿੱਦਾਂ ਆਪਾਂ ਨੂੰ ਇੱਕ ਉਹਨਾਂ ਨੇ ਉੱਥੇ ਇੱਕ ਹਲਫੀਆ ਬਿਆਨ ਲਾ ਲਓ ਜਾਂ ਤੁਸੀਂ ਕੁਛ ਵੀ ਜਿੱਦਾਂ ਜ਼ਿੰਮੇਵਾਰੀ ਲਾ ਲਓ ਜਾਂ ਕੁਛ ਵੀ, ਕਿ ਉਹਨਾਂ ਨੇ ਜਿੱਦਾਂ ਆਪਾਂ ਨੂੰ ਪੇਪਰ ਇੱਕ ਬਣਾ ਕੇ ਦੇਣਾ ਹੁੰਦਾ ਕਿ ਹਾਂ ਮੈਂ ਇਹ ਬੰਦਾ ਸੱਦਣਾ ਚਾਹੁੰਦਾ ਵਾਂ, ਇਹਦਾ ਨੂਲਾ ਹਫ਼ਤਾ ਨਿਕਲ ਆਇਆ ਹੈ ਅਤੇ ਮੈਂ ਇੱਥੇ ਜਿੱਦਾਂ ਵੀ ਜੋ ਵੀ ਹੈ ਪੇਪਰ ਜਮ੍ਹਾਂ ਕਰਾਊਂਗਾ, ਆਪਣੇ ਕੰਮ 'ਤੇ ਰੱਖੂੰਗਾ, ਟੈਕਸ ਉਤਾਰੂੰਗਾ, ਜੋ ਕੁਛ ਵੀ ਹੁੰਦਾ ਅਤੇ ਉਹ ਲੱਗ ਜਾਂਦਾ ਹੈ ਨਾਲ, ਠੀਕ ਹੈ। ਅਤੇ ਇਸ ਤੋਂ ਬਾਅਦ ਦੇ ਵਿੱਚ ਜਿੱਦਾਂ ਉਹ ਕਮੂਨੇ ਵਾਲੇ ਨੇ ਮੋਹਰ ਲਾ ਦੇਣੀ ਹੁੰਦੀ ਹੈ, ਅਤੇ ਹੋ ਸਕਦਾ ਨਾਲ ਕਈ ਕਮੂਨੇ ਵਾਲੇ ਜਿੱਦਾਂ ਵੀ ਆਪਾਂ ਨੂੰ ਕਹਿ ਸਕਦੇ ਹਾਂ ਆਪਣਾ ਮਾਰਕਾ ਦੀ ਬੋਲੋ ਲਾਉਂਦੇ ਆ 16 ਐਰੋ ਦੇ, ਅਤੇ ਕਈ ਨਹੀਂ ਲਾਉਂਦੇ, ਠੀਕ ਹੈ ਜੀ। ਅਤੇ ਉਹ ਆਪੋ ਆਪਣਾ ਉਹਨਾਂ ਦਾ ਹੁੰਦਾ ਹਿਸਾਬ ਦਾ, ਉਹਦੇ ਬਾਰੇ ਮੈਂ ਕੋਈ ਜ਼ਿਆਦਾ ਨੌਲੇਜ ਨਹੀਂ ਤੁਹਾਨੂੰ ਦੇ ਸਕਦਾ, ਕਿਉਂਕਿ ਕਈਆਂ ਦੇ ਕਮੂਨੇ ਦਿੰਦੇ ਆ ਜਿੱਦਾਂ ਲਾਉਂਦੇ ਆ ਟਿਕਟ, ਅਤੇ ਕਈਆਂ ਦੇ ਨਹੀਂ ਲਾਉਂਦੇ। ਅਤੇ ਉਹ ਨਾਲੇ ਤਾਂ ਮਾਲਕ ਦਾ ਇੱਕ ਰੈਜੀਡੈਂਸ ਲੱਗ ਜਾਣਾ ਹੁੰਦਾ ਵਾ, ਅਤੇ ਉਹ ਜਿਹੜੇ ਸਾਰੇ ਪੇਪਰ ਆ ਆਪਾਂ DHL ਕਰ ਦੇਣੇ ਹੁੰਦੇ, ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ DHL ਪ੍ਰਾਈਵੇਟ ਕਰਨੇ, DHL ਵਾਲਿਆਂ ਦੇ ਕਰਨੇ ਆ, ਅਤੇ ਜਾਂ ਤੁਸੀਂ ਜਿੱਦਾਂ ਕਿਸੇ ਬੰਦੇ ਦੇ ਰਾਹੀਂ ਭੇਜਣੇ ਇੰਡੀਆ ਜਾਣਾ ਹੋਵੇ ਕਿਸੇ ਨੇ, ਅਤੇ ਜਾਂ ਤੁਸੀਂ ਜਿੱਦਾਂ ਵੀ ਉੱਦਾਂ ਪੋਸਟ 'ਤੇ ਰਾਹੀਂ ਜਿੱਦਾਂ ਥੋੜ੍ਹਾ ਜ਼ਿਆਦਾ ਟਾਈਮ ਲੱਗਦਾ ਹੈ ਉਹਦੇ ਰਾਹੀਂ ਜਾਂ ਡਾਕ ਰਾਹੀਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਰਾਹੀਂ ਭੇਜਣੇ ਆ। ਅਤੇ ਜੇ ਆਪਾਂ ਹੁਣ ਇਹਦੇ ਵਿੱਚ ਇਹ ਗੱਲ ਕਰੀਏ ਕਿ ਜਿੱਦਾਂ ਇੱਥੇ ਜਮ੍ਹਾਂ ਕਰਵਾਉਣੇ ਪੈਂਦੇ, ਨਹੀਂ ਜੀ ਜਮ੍ਹਾਂ ਤਾਂ ਨਹੀਂ ਗਾ ਕਰਵਾਉਣੇ ਪੈਂਦੇ, ਇਹਦੇ ਵਾਸਤੇ ਮੈਂ ਸੋਰੀ ਹੈ ਜਿੱਦਾਂ, ਕਿਉਂਕਿ ਜਮ੍ਹਾਂ ਵਾਲਾ ਤਾਂ ਕੋਈ ਇਹਦੇ ਵਿੱਚ ਇਸ਼ੂ ਨਹੀਂ ਹੁੰਦਾ, ਇੱਦਾਂ ਕੋਈ ਮਤਲਬ ਨਹੀਂ ਬਣਦਾ ਇੱਦਾਂ, ਕਿਉਂਕਿ ਜਮ੍ਹਾਂ ਕਿਉਂ ਕਰਵਾਉਣੇ? ਜਮ੍ਹਾਂ ਤਾਂ ਉਦੋਂ ਹੋਣੇ ਜਦੋਂ ਤੁਸੀਂ ਇੰਡੀਆ ਤੋਂ ਆਓਗੇ, ਅਤੇ ਉਹ ਤੁਹਾਡੇ ਜਿਹੜੇ ਆ ਪੇਪਰ ਮਾਲਕ ਨੇ ਨਾਲ ਜਾਣਾ 8 ਦਿਨਾਂ ਦੇ ਵਿੱਚ, ਜਿੱਦਣ ਤੁਹਾਡੀ ਫਲਾਈਟ ਜਿਹੜੀ ਆ ਉਹ ਇਟਲੀ ਦੇ ਵਿੱਚ ਐਂਟਰ ਹੋ ਜਾਂਦੇ, ਤੁਸੀਂ ਉਸ ਦੇ 8 ਦਿਨਾਂ ਦੇ ਵਿੱਚ ਵੀ ਤੁਸੀਂ ਉੱਥੇ ਜਿੱਦਾਂ ਕਹਿ ਸਕਦੇ ਪੇਸ਼ ਹੋਣਾ ਹੁੰਦਾ ਹੈ। ਅਤੇ ਕਈ ਵਾਰ ਆਪਾਂ ਨੂੰ ਅਪੁਆਇੰਟਮੈਂਟ ਦੇ ਦਿੰਦੇ ਪ੍ਰਫਾਤੂਰੇ ਵਾਲੇ, ਕਹਿ ਦਿੰਦੇ ਨੇ ਕਿ ਤੁਸੀਂ 9 ਤਰੀਕ ਨੂੰ ਆਇਓ, ਉਹ ਵੀ ਕੋਈ ਜਿੱਦਾਂ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਕੋਈ, ਜਾਣੀ ਉਹਨਾਂ ਨੇ ਮੈਸੇਜ ਕਰਦਾ ਜਾਂ ਫੋਨ ਕਰਦਾ ਵੀ 9 ਤਰੀਕ ਨੂੰ ਤੁਸੀਂ ਆ ਜਾਓ, ਤੁਸੀਂ ਇਹ ਕਰ ਸਿਰਫ ਉਹਨਾਂ ਨੂੰ ਦੱਸਣਾ ਹੁੰਦਾ ਅਸੀਂ ਐਂਟਰ ਹੋ ਗਏ, ਉਹਨਾਂ ਨੇ ਆਪੇ ਤੁਹਾਨੂੰ ਜਿੱਦਾਂ ਕੋਈ ਨਾ ਕੋਈ ਜਵਾਬ ਦੇਣਾ ਹੁੰਦਾ ਕਿ ਜਾਂ ਆ ਜਾਓ ਤੁਸੀਂ ਕੱਲ੍ਹ ਨੂੰ ਆ ਜਾਓ, ਪਰਸੋਂ ਨੂੰ ਆ ਜਾਓ, ਜਾਂ ਤੁਸੀਂ 4 ਦਿਨਾਂ ਨੂੰ ਆ ਜਾਓ, 6 ਨੂੰ ਆ ਜਾਓ, ਉਹਨਾਂ ਦੀ ਮਰਜ਼ੀ ਹੁੰਦੀ, ਠੀਕ ਹੈ ਜੀ। ਉਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਅਤੇ ਜਿਹੜਾ ਜਮ੍ਹਾਂ ਉਦੋਂ ਆਪਾਂ ਜਮ੍ਹਾਂ ਕਰਾਉਂਦੇ ਹਾਂ, ਇੱਦਾਂ ਜਮ੍ਹਾਂ ਨਹੀਂ ਕੋਈ ਵੀ ਪੇਪਰ ਹੁੰਦਾ, ਇਹ ਜਿੱਦਾਂ ਵੀ ਮੇਰੇ ਹਿਸਾਬ ਦੇ ਨਾਲ ਤਾਂ ਜੋ ਵੀਰ ਕਹਿ ਰਹੇ ਨੇ ਜਿੱਦਾਂ ਵੀ ਉਹ ਝੂਠ ਆ, ਕਿਉਂਕਿ ਜਮ੍ਹਾਂ ਵਾਲਾ ਕੋਈ ਵੀ ਮਤਲਬ ਨਹੀਂ ਗਾ ਬਣਦਾ। ਜਮ੍ਹਾਂ ਤਾਂ ਆਪਾਂ ਤਾਂ ਕਰਾਵਾਂਗੇ ਨਾ ਜੇ ਆਪਾਂ ਉਹ ਪੇਪਰ ਤੁਹਾਡੇ ਆ, ਜਿੱਦਾਂ ਤੁਸੀਂ ਉਹ ਵੀਜ਼ਾ ਲਵਾ ਕੇ ਲਿਆਉਣਾ ਹੁੰਦਾ, ਆਉਣਾ ਹੁੰਦਾ ਇਹਦਾ ਐਂਟਰ ਹੋਣਾ, ਠੀਕ ਹੈ। ਇਸ ਕਰਕੇ ਜਮ੍ਹਾਂ ਤੁਸੀਂ ਉਹਦਾ ਕੀ ਕਰਾਉਣਾ ਹੈ? ਜਮ੍ਹਾਂ ਕੁਛ ਵੀ ਨਹੀਂ ਗਾ ਕਰਾਉਣਾ, ਸਿਰਫ ਉਹ ਇਹੋ ਹੀ ਹੈ ਕਿ ਜਿੱਦਾਂ ਜੇ ਤੁਸੀਂ ਪੇਪਰ ਜਿਹੜੇ ਆ ਉਹ ਲੈ ਕੇ ਇੰਡੀਆ ਜਾਓਗੇ ਅਤੇ ਫਿਰ ਵਾਪਸ ਆਓਗੇ, ਫਿਰ ਜਮ੍ਹਾਂ ਹੋਣੇ ਹੁੰਦੇ, ਠੀਕ ਹੈ। ਇਸ ਕਰਕੇ ਮੈਂ ਤੁਹਾਨੂੰ ਇਹੋ ਕਹਿੰਦਾ ਥੋੜ੍ਹੇ ਅਲਰਟ ਰਹੋ, ਕਿਉਂਕਿ ਬਹੁਤ ਲੋਕ ਜਿੱਦਾਂ ਫੇਕ ਵੀ ਦੱਸਦੇ ਪਏ ਨੇ, ਅਤੇ ਬਹੁਤ ਲੋਕ ਫੇਕ ਤੁਹਾਨੂੰ ਜਿੱਦਾਂ ਕਹਿ ਸਕਦੇ ਆਪਣੇ ਏਜੰਟ ਜਿਹੜੇ ਆ ਉਹ ਫੇਕ ਜਿੱਦਾਂ ਤੁਹਾਨੂੰ ਖਬਰਾਂ ਵੀ ਦੇਈ ਜਾਂਦੇ ਨੇ ਕਿ ਬਸ ਤੁਹਾਡਾ ਨਿਕਲ ਗਿਆ ਕੰਮ, ਤੁਹਾਡਾ ਹੋ ਗਿਆ ਕੰਮ। ਇਸ ਕਰਕੇ ਮੇਰੇ ਵੀਰ ਥੋੜ੍ਹੇ ਬਚ ਕੇ, ਅਤੇ ਮੈਂ ਇੱਕ ਹੋਰ ਵੀਰ ਮੇਰੇ ਜਿੱਦਾਂ 2-3 ਵੀਰਾਂ ਨੇ ਮੈਨੂੰ ਮੈਸੇਜ ਕੀਤੇ ਨੇ, ਜਿੱਦਾਂ ਕਹਿੰਦੇ ਨੇ ਕਿ ਜੇ ਮੈਂ ਕਹਿੰਦਾ ਹੈ ਕਿ ਹਾਂਜੀ ਨਿਕਲਣੇ ਸ਼ੁਰੂ ਹੋ ਗਏ ਪੇਪਰ, ਫਿਰ ਵਿੱਚ ਮੈਸੇਜ ਆਉਣ ਲੱਗ ਪੈਂਦੇ ਆ ਇਹ ਫੇਕ ਹੈ। ਜੇ ਮੈਂ ਕਹਿ ਦਿੰਦਾ ਕਿ ਜਿੱਦਾਂ ਵੀ ਥੋੜ੍ਹੇ ਨਿਕਲਦੇ ਪਏ ਨੇ, ਫਿਰ ਕਹਿੰਦੇ ਨੇ ਯਾਰ ਵਾਧੂ ਨਿਕਲਦੇ ਪਏ ਨੇ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਦੁਨੀਆਦਾਰੀ ਦੀ ਵੀ ਚੱਲਦਾ ਕੀ ਪਿਆ ਹੈ। ਪਰ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ, ਜਿਹੜੀ ਗੱਲ ਸੱਚੀ ਹੁੰਦੀ ਮੈਂ ਉਸੇ ਦੇ ਹੀ ਜਿੱਦਾਂ ਆਧਾਰ 'ਤੇ ਤੁਹਾਨੂੰ ਦੱਸਦਾ ਵਿਦ ਪਰੂਫ, ਠੀਕ ਹੈ ਜੀ। ਅਤੇ ਇਸ ਕਰਕੇ ਮੇਰੇ ਵੀਰ ਗੁੱਸਾ ਨਾ ਕਰਿਆ ਕਰੋ, ਜੇ ਤੁਹਾਨੂੰ ਨਹੀਂ ਜਿੱਦਾਂ ਵੀਡੀਓ ਚੰਗੀ ਲੱਗਦੀ ਹੁੰਦੀ ਨਾ, ਕਿ ਜੇ ਮੈਂ ਕਹਿੰਦਾ ਵੀ ਨਿਕਲਦੇ ਪਏ ਪੇਪਰ ਅਤੇ ਤੁਸੀਂ ਕਹਿੰਦੇ ਜੇ ਹੁਣ ਤੁਹਾਡੇ ਨਹੀਂ ਨਿਕਲੇ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿੱਦਾਂ ਕਿਸੇ ਦੇ ਵੀ ਨਹੀਂ ਨਿਕਲਦੇ ਪਏ, ਪੇਪਰ ਨਿਕਲਦੇ ਆ ਜਿੱਦਾਂ ਸਭ ਦੇ, ਠੀਕ ਹੈ ਜੀ। ਜਿੰਨਾ ਜਿਹੜੇ ਬੰਦਿਆਂ ਦੇ ਜਿੱਦਾਂ ਭਰੇ ਆ, ਬਟ ਇਹ ਟਾਈਮ ਦੇ ਅਕੋਰਡਿੰਗ ਨਿਕਲਦੇ ਹੁੰਦੇ, ਨਾ ਕਿ ਜਿੱਦਾਂ ਆਪਾਂ ਕਹੀਏ ਕਿ ਮਾਲਕ ਨੂੰ 10 ਬੰਦੇ ਚਾਹੀਦੇ ਆ ਅਤੇ ਮੇਰੇ 2 ਜਾਣੇ ਦੇ ਜਾਂ ਮੇਰੇ ਇਕੱਲੇ ਦੇ ਭਰੇ ਅਤੇ ਸ਼ਾਇਦ ਮੇਰੇ ਨਿਕਲਣੇ, ਇਹ ਦਿਲ ਦਾ ਵਹਿਮ ਤੁਸੀਂ ਕੱਢ ਦਿਓ, ਇਹੋ ਜਿਹਾ ਕੋਈ ਮਤਲਬ ਨਹੀਂ ਹੈਗਾ। ਜਿਹੜੇ ਪੇਪਰ ਨਿਕਲਣੇ ਉਹ ਟਾਈਮ ਦੇ ਅਕੋਰਡਿੰਗ ਨਿਕਲਣੇ, ਜੇ ਬੰਦੇ ਨੂੰ ਮਾਲਕ ਨੂੰ ਭਾਵੇਂ 10 ਬੰਦੇ ਚਾਹੀਦੇ ਹੋਣ ਨਾ, ਤਾਂ ਉਹਨੇ 20 ਬੰਦਿਆਂ ਦੇ ਪੇਪਰ ਭਰੇ ਆ, ਉਹ 10 ਬੰਦਿਆਂ ਦੇ ਪੇਪਰ ਨਿਕਲਣੇ ਜੇ ਉਹ ਟਾਈਮ ਦੇ ਨਾਲ ਉਹਨੇ ਭਰੇ ਆ। ਅਤੇ ਜੇ ਮਾਲਕ ਨੂੰ ਜਿੱਦਾਂ ਬੰਦੇ ਇਹ ਦੋ
ਜਿੱਦਾਂ ਆਪਾਂ ਭਰਤੀਆਂ ਵੇਖਣ ਜਾਂਦੇ ਤਾਂ ਉੱਥੇ ਹੁਣ ਇਹ ਥੋੜ੍ਹਾ ਹੋਇਆ ਵੀ ਉਹ ਭਰਤੀ ਨਹੀਂ ਕਿਸੇ ਨੂੰ ਰੱਖਦੇ ਤਾਂ ਅਤੇ ਆਪਾਂ ਇਹ ਵੀ ਨਹੀਂ ਕਹਿੰਦੇ ਸਾਰਿਆਂ ਨੂੰ ਰੱਖਦੇ, ਉਹ ਸਿਰਫ ਉਹਨਾਂ ਨੂੰ ਰੱਖਦੇ ਜਿਹੜੇ ਕੋਟੇ ਦੇ ਵਿੱਚ ਆਉਂਦੇ ਆ, ਠੀਕ ਹੈ ਜੀ। ਅਤੇ ਥੋੜ੍ਹਾ ਜਿਹਾ ਮੇਰੇ ਵੀਰ ਖਿਆਲ ਦੇ ਨਾਲ ਜਿੱਦਾਂ ਵੀ ਕਾਲੇ ਨਾ ਪਿਆ, ਪਰ ਮੈਨੂੰ ਪਤਾ ਮੈਂ ਤੁਹਾਡੀ ਮਜਬੂਰੀ ਸਮਝਦਾ, ਤੁਸੀਂ ਜਿੱਦਾਂ ਕਾਲੇ ਪੈਂਦੇ ਜੇ ਕਿ ਜਿੱਦਾਂ ਯਾਰ ਇਹ ਬੰਦਾ ਐਵੇਂ ਕਰੀ ਜਾਂਦਾ, ਝੂਠ ਹੀ ਬੋਲੀ ਜਾਂਦਾ ਵਾ, ਫੇਕ ਹੈ ਜਾਂ ਕੁਛ ਵੀ ਹੈ ਜਿੱਦਾਂ, ਪਰ ਇਹੋ ਜਿਹਾ ਕੁਛ ਨਹੀਂ ਹੈਗਾ। ਇਸ ਕਰਕੇ ਮੇਰੇ ਵੀਰ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ, ਠੰਡੇ ਰਿਹਾ ਕਰੋ, ਕੋਈ ਜ਼ਿਆਦਾ ਘਬਰਾਉਣ ਦੀ ਨਹੀਂ ਗੱਲ, ਨਿਕਲਣਗੇ ਪੇਪਰ, ਕੋਈ ਵੱਡੀ ਗੱਲ ਨਹੀਂ, ਹਾਂ ਜੇ ਤੁਹਾਡੇ ਸਹੀ ਤਰੀਕੇ ਨਾਲ ਭਰੇ ਹੋਣਗੇ ਤੇ। ਅਤੇ ਜੇ ਹੁਣ ਆਪਾਂ ਕਹੀਏ ਸਾਰਿਆਂ ਨੂੰ ਇੱਕੋ ਬਰਾਬਰ ਨਹੀਂ ਕਰਦੇ, ਕਈ ਵੀਰਾਂ ਦੇ ਬਹੁਤ ਜ਼ਿਆਦਾ ਵਧੀਆ ਮੈਸੇਜ ਆਉਂਦੇ ਨੇ, ਕਹਿੰਦੇ ਭਾਅ ਜੀ ਜਿੱਦਾਂ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ, ਅਤੇ ਬੜੀ ਖੁਸ਼ੀ ਹੁੰਦੀ। ਹੋਰ ਸਗੋਂ ਜਿੱਦਾਂ ਤਿੜ ਕੇ ਨਾ ਅਸੀਂ ਜਿੱਦਾਂ ਕਹਿ ਸਕਦੇ ਪੰਪ 'ਚ ਜਾ ਕੇ ਅਸੀਂ ਸਗੋਂ ਹੋਰ ਵਧੀਆ ਵੀਡੀਓ ਬਣਾਉਂਦੇ ਹਾਂ, ਪਰ ਜਦੋਂ ਬੰਦੇ ਆ ਵਿੱਚ ਇੱਦਾਂ ਲੱਤ ਜਿਹੜਾ ਦਿੰਦੇ ਨਾ, ਇੱਕ 100 ਦੇ ਵਿੱਚ ਇੱਕ ਅੱਧਾ ਇੱਦਾਂ ਦਾ ਹੁੰਦਾ ਜਿੱਦਾਂ ਵੀ ਉਹਨੇ ਕਮਲ ਜਿਹਾ ਘੋਲਣਾ ਹੁੰਦਾ, ਉਦੋਂ ਫਿਰ ਥੋੜ੍ਹੀ ਖਿਝ ਆ ਜਾਂਦੀ ਯਾਰ ਵੀ ਇੱਦਾਂ ਨਾ ਨਾ ਜਿੱਦਾਂ ਦਿਲ ਜਿਹਾ ਟੁੱਟ ਜਾਂਦਾ, ਫਿਰ ਜੀ ਨਹੀਂ ਕਰਦਾ, ਫਿਰ ਆਖੀਦੇ ਜੇ ਫੇਕ ਬਣਾਉਂਦੇ ਨਹੀਂ ਨਾ ਹੁਣ ਗਾਂਹ ਬਣਾਉਣ ਲੱਗ ਪਈਏ, ਫਿਰ ਆਖੀਦੇ ਯਾਰ ਨੜੇ ਨਹੀਂ, ਮੈਂ ਤਾਂ ਥੋੜ੍ਹਾ ਕਸੂਰ ਹੈ ਜੇ ਇੱਕ ਬੰਦਾ ਜਿਹੜਾ ਵਾ ਉਹ ਫੇਕ ਜਿੱਦਾਂ ਆਪਾਂ ਨੂੰ ਫੇਕ ਕਹਿਣ ਡਿਆ ਵਾ। ਇਸ ਕਰਕੇ ਫੇਕ ਫੂਕ ਕੁਛ ਨਹੀਂ ਆ, ਫੇਕ ਬਣਾਉਣੀਆਂ ਹੁੰਦੀਆਂ ਨਾ ਅਤੇ ਮੈਂ ਸ਼ੁਰੂ ਦੇ ਬਣਾ ਦੇਣੀਆਂ, ਫੇਕਾਂ ਫੂਕਾਂ ਦੀ ਨਾ ਟੈਨਸ਼ਨ ਲਿਆ ਕਰੋ, ਬਸ ਆ ਮੈਂ ਤੁਹਾਨੂੰ ਇੱਕ ਸਿਰਫ ਵੀਡੀਓ ਜਿਹੜੀ ਉੱਦਾਂ ਹੀ ਤੁਹਾਨੂੰ ਇੱਕ ਪਾਈ ਹੈ ਕਿ ਸਮਝਾਇਆ ਹੀ ਆ ਵੀ ਵੀਰ ਹੁਣ ਮੈਂ ਸਹੁੰ ਤਾਂ ਕਿਸੇ ਦੀ ਖਾ ਨਹੀਂ ਗਾ ਸਕਦਾ, ਕਿਉਂਕਿ ਮੈਂ ਉਹ ਨਿਆਣੇ ਵਾਲੇ ਕੰਮ ਨਹੀਂ ਮੇਰੇ ਵਿੱਚ ਆ ਗਏ, ਮੈਂ ਸਹੁੰ ਖਾ ਕੇ ਕਹਿਦਾ ਨਹੀਂ ਨਹੀਂ ਵਧੀਆ ਵਾ, ਬਸ ਇਹੋ ਮੈਂ ਕਹਿ ਸਕਦਾ ਮੈਂ ਕਹਿਤਾ ਵਧੀਆ ਵਾ। ਜੇ ਤੁਹਾਨੂੰ ਕੋਈ ਪ੍ਰੂਫ ਚਾਹੀਦਾ ਵਾ ਤਾਂ ਕੋਈ ਨਹੀਂ, ਉਹ ਵੀ ਤੁਹਾਨੂੰ ਪ੍ਰੂਫ ਵੀ ਦੇ ਦਿਆ ਕਰਾਂਗੇ, ਪ੍ਰੂਫ ਤਾਂ ਦਿੰਦੇ ਹੋ ਤੁਹਾਨੂੰ ਉਲੇ ਵਾਸਤੇ ਕਢਾ ਕੇ ਦਿੱਤੇ, ਤੁਹਾਨੂੰ ਤਿੰਨਾਂ ਬੰਦਿਆਂ ਦੇ ਦੱਸਤਾ, ਬਾਕੀ ਮੈਸੇਜ ਵਾਲਿਆਂ ਦਾ ਮੈਂ ਕੁਝ ਕਹਿ ਨਹੀਂ ਸਕਦਾ ਵੀ ਉਹਨਾਂ ਸੱਚ ਬੋਲਿਆ ਝੂਠ ਬੋਲਿਆ ਕਿੱਦਾਂ, ਪਰ ਉੱਦਾਂ ਆਪਣੀ ਜਿਹੜੀ ਵੀਡੀਓ ਜਿੰਨੀ ਵੀ ਹੁੰਦੀ ਹੈ ਆਪਾਂ ਵਿਦ ਪ੍ਰੂਫ ਜਿੱਦਾਂ ਸੋਰੀ ਜਿੱਦਾਂ ਦੱਸਦੇ ਹਾਂ, ਠੀਕ ਹੈ, ਜਿਹਦੇ ਵਿੱਚ ਪ੍ਰੂਫ ਚਾਹੀਦਾ। ਹੁਣ ਇਹਦੇ ਵਿੱਚ ਆ ਜਿਹੜੀ ਵੀਰ ਨੇ ਆਪਾਂ ਨੂੰ ਕਿਹਾ ਕਿ ਜਿੱਦਾਂ ਵੀ ਪੇਪਰ ਜਮ੍ਹਾਂ ਹੋਣੇ ਇੱਥੇ, ਹੁਣ ਇਹਦੇ ਵਿੱਚ ਪ੍ਰੂਫ ਹੈ ਨਹੀਂ ਗਾ ਕੋਈ ਵੀ, ਹਾਂ ਜੇ ਤੁਸੀਂ ਕਹਿੰਦੇ ਜੇ ਸਰਚ ਕਰਕੇ ਦੱਸ ਫਿਰ ਕੋਈ ਨਹੀਂ, ਫਿਰ ਵੇਖ ਲਾਂਗੇ ਸਰਚ ਕਰਕੇ ਤੁਹਾਨੂੰ ਦੱਸਦਾ, ਠੀਕ ਹੈ। ਅਤੇ ਚਲੋ ਕੋਈ ਨਹੀਂ, ਮੈਂ ਵੀ ਜਿੱਦਾਂ ਇੱਥੇ ਇੰਜੋਇਮੈਂਟ ਹੀ ਕਰਦਾ ਪਿਆ, ਹਾਲ ਦੀ ਘੜੀ 5-6 ਦਿਨ ਜਿੱਦਾਂ ਮੈਂ ਬਿਜ਼ੀ ਹਾਂ ਥੋੜ੍ਹਾ ਜਿਹਾ, ਅਤੇ ਇੱਦਾਂ ਦੀ ਬਸ ਹੋਣੀ ਹੈ, ਜਿੱਦਾਂ ਜਿੱਦਾਂ ਅੱਜ ਮੈਂ ਵੀਡੀਓ ਬਣਾਈ ਇੱਦਾਂ ਹੀ ਬਣਾ ਕੇ ਤੁਹਾਨੂੰ ਮੈਸੇਜਾਂ ਦਾ ਜਵਾਬ ਦੇ ਸਕਦਾ ਵਾਂ, ਫਿਰ ਤੁਹਾਨੂੰ ਮੈਂ ਦੇ ਦੂੰਗਾ ਜਵਾਬ, ਠੀਕ ਹੈ। ਜੇ ਕਿਸੇ ਨੂੰ ਲੋੜ ਹੋਵੇ ਮੇਰੇ ਜਿੱਦਾਂ ਕੋਈ ਜਿੱਦਾਂ ਵੀ ਮੇਰੀ ਸਲਾਹ ਦੇ, ਤਾਂ ਮੈਂ ਜ਼ਰੂਰ ਉਹਨਾਂ ਨੂੰ ਸਲਾਹ ਦੇ ਸਕਦਾ, ਠੀਕ ਹੈ। ਬਾਕੀ ਫਲਾਈਟਾਂ ਬਾਰੇ ਕਹਿੰਦੇ ਨੇ, ਫਲਾਈਟਾਂ ਬਾਰੇ ਜਿੱਦਾਂ ਵੀ ਰੁਕਣਾ ਪੈਣਾ ਥੋੜ੍ਹਾ ਟਾਈਮ, ਅਤੇ ਜੇ ਗੱਲਬਾਤ ਹੋ ਗਈ ਤਾਂ ਮੈਂ ਤੁਹਾਨੂੰ ਦੱਸੂਗਾ, ਠੀਕ ਹੈ। ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ, ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਲਾਈਕ ਅਤੇ ਮੈਸੇਜ ਜ਼ਰੂਰ ਕਰਿਓ ਅਤੇ ਸ਼ੇਅਰ ਵੀ ਕਰਿਓ, ਅਤੇ ਜਿਹੜੇ ਵੀਰ ਆਪਣੇ ਨਵੇਂ ਆ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਹੈਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ, ਅਤੇ ਬਾਕੀ ਫਿਰ ਮਿਲਦੇ ਨੈਕਸਟ ਵੀਡੀਓ ਲੈ ਕੇ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।